ਬੋਤਲਾਂ ਹੀ ਲੈ ਆਵਾਂਗੇ, ਬਾਕੀ ਸਮਾਨ ਜਿਹੜਾ ਸ਼ੋਪ ਤੋਂ ਉਹ ਇਨਸ਼ਾਅੱਲਾ ਤਾਲਾ ਔਰ ਲੈ ਆਵਾਂ। ਤੇ ਇਹ ਰਿਹਾ ਜੀ ਆਪਣੇ ਘਰ ਦਾ ਫਰੰਟ ਸਾਈਡ, ਮਾਸ਼ਾਅੱਲਾ ਇਹਦੇ ਕਿਤਨੀ ਜ਼ਿਆਦਾ ਬਾਰਿਸ਼ ਤਾਂ ਅੱਜ ਕਨਫਰਮ ਹੈਗੀ, ਹੁਣ ਨਾ ਨਾ ਆਈ ਤੇ ਇੱਥੇ ਦੌੜ ਤੱਕ ਲੈਣੇ, ਸਾਰੀਆਂ ਚਾਰ ਪਾਈਆਂ ਆ ਗਈਆਂ, ਓਕੇ ਹੋ ਗਿਆ ਜੀ। ਫਿਰ ਸੂਰੀ ਮਾਸ਼ਾਅੱਲਾ ਦਿਨ ਬਰ ਦਿਨ ਹੁਣ ਵੱਡੀ ਹੁੰਦੀ ਜਾ ਰਹੀ ਹੈ। ਵੈਲਕਮ ਬੈਕ ਜੀ, ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਨਾਲ ਤਮਾਮ ਭੈਣ ਭਾਈਆਂ ਦੇ, ਅਸੀਂ ਮਿਹਨਤ ਕਰਨਾ ਹੈ ਸਾਡੇ ਦੇਖਣ ਨਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਅੱਜ ਜੀ ਸੁਬਹ ਲਾ ਦੀ ਮੇਰੀ ਤਬੀਅਤ ਕਾਫੀ ਖਰਾਬ ਸੀ ਜੀ, ਮੈਂ ਸੋਇਆ ਹੀ ਰਿਹਾ ਆ ਗਿਆ ਤੇ ਹੁਣੀ ਉੱਠਿਆ ਆ ਗਿਆ ਤੇ ਅੰਮੀ ਅੱਬੂ ਹਾਲਾਂਕਿ ਮੈਨੂੰ ਪਹਿਲੇ ਕਹਿੰਦੇ ਰਹੇ ਨੇ ਅੱਜ ਟਾਈਮੋ ਟਾਈਮ ਮੈਨੂੰ ਬੈਲ ਅੱਬੂ ਜਾਨ ਨੇ ਦੇ ਦਿੱਤਾ ਸੀ, ਅੱਬੂ ਜਾਨ ਨੇ ਕਿਹਾ ਜਸਨ ਤੂੰ ਪਹਿਲੇ ਵਲਾਗ ਬਣਾ, ਲੇਕਿਨ ਮੈਂ ਅੱਬੂ ਜਾਨ ਨੂੰ ਕਿਹਾ ਅੱਬੂ ਮੇਰੇ ਕੋਲ ਅੱਜ ਵਲਾਗ ਨਹੀਂ ਬਣਦਾ, ਕਿਉਂਕਿ ਨਾ ਅਚਾਨਕ ਬੁਖਾਰ ਜਿਹਾ ਹੋ ਗਿਆ ਤੇ ਪੂਰੇ ਜਿਸਮ ਮੈਂ ਦਰਦਾਂ, ਦਿਲ ਹੀ ਨਾ ਕਰੇ ਮੰਜੇ ਤੋਂ ਉੱਠਣ ਨੂੰ। ਅੱਜ ਦੁਕਾਨ ਹੀ ਅੱਬੂ ਜਾਨ ਨੇ ਖੋਲ੍ਹੀ ਰੱਖੀ ਹੈਗੀ ਤੇ ਹੁਣ ਇੱਥੇ ਅੰਮੀ ਅਤੇ ਅੱਬੂ ਦੋਨੇ ਰਲ ਕੇ ਛੋਟਾ ਜਿਹਾ ਕੰਮ ਕਹੇ ਨੇ ਗੇ, ਫੋਨ ਇੱਥੇ ਗੱਲ ਰੱਖ ਗਏ ਸੀਗੇ ਤੇ ਹੁਣ ਮੈਂ ਉੱਠਿਆ ਆ ਗਿਆ, ਮੌਸਮ ਹੀ ਠੰਡਾ ਠੰਡਾ ਬਣਿਆ ਹੋਇਆ ਸੀ, ਮੈਂ ਕਿਹਾ ਚੱਲਦੇ ਹਾਂ ਜਿਤਨਾ ਹੋ ਸਕਦਾ ਹੈਗਾ ਚੱਲ ਕੇ ਵਲਾਗ ਜਾਣ ਨਾਲ ਬਣਾਉਂਦੇ। ਹੁਣ ਪਹਿਲੇ ਨੂੰ ਮਾਸ਼ਾਅੱਲਾ ਤਬੀਅਤ ਮੇਰੀ ਕਾਫੀ ਬਿਹਤਰ ਹੈਗੀ ਤੇ ਤਕਰੀਬਨ ਰਾਈਟ 5 ਵੱਜ ਗਏ ਨੇ ਗੇ ਮਾਸ਼ਾਅੱਲਾ, ਬਾਰਿਸ਼ ਦਾ ਮੌਸਮ ਬਣ ਗਿਆ ਹੋਇਆ ਹੈਗਾ, ਆਂਧੀ ਵੀ ਆ ਸਕਦੀ ਕੁਛ ਟਾਈਮ ਤੱਕ ਕਿਉਂਕਿ ਨਾ ਠੰਡੀ ਠੰਡੀ ਹਵਾ ਹੈ ਸਾਈਡ ਤੋਂ ਆ ਰਹੀ ਹੈਗੀ, ਮੱਠੀ ਮੱਠੀ ਅਚਾਨਕ ਤੇਜ਼ ਹਵਾ ਹੀ ਖੁੱਲ ਸਕਦੀ ਹੈਗੀ, ਲੇਕਿਨ ਬਾਰਿਸ਼ ਤਾਂ ਅੱਜ ਕਨਫਰਮ ਹੈਗੀ, ਹੁਣ ਨਾ ਨਾ ਆਈ ਰਾਤ ਟਾਈਮ ਤਾਂ ਲਾਜ਼ਮੀ ਆਵੇ ਕਿਉਂਕਿ 2 ਘੰਟੇ ਦਿਨ ਪਿਆ ਹੈਗਾ, 2 ਘੰਟਿਆਂ ਬਾਅਦ ਰਾਤ ਹੋ ਜਾਣੀ, ਰਾਤ ਟਾਈਮ ਤਾਂ ਪੱਕਾ ਹੀ ਆਵੇਗੀ ਬਾਰਿਸ਼ ਜਿਸ ਤਰ੍ਹਾਂ ਦਾ ਠੰਡਾ ਠੰਡਾ ਮੌਸਮ ਬਣਿਆ ਖੜਾ, ਕਿਉਂਕਿ ਇਸ ਟਾਈਮ ਸੂਰਜ ਤਕਰੀਬਨ ਇੱਥੇ ਹੁੰਦਾ ਸੀਗਾ, ਸੂਰਜ ਨਜ਼ਰ ਹੀ ਨਹੀਂ ਆ ਰਿਹਾ, ਉੱਤੇ ਸਾਰੇ ਬੱਦਲ ਆ ਗਏ ਨੇ, ਉਹ ਸਾਹਮਣੇ ਥੋੜ੍ਹੀ ਥੋੜ੍ਹੀ ਨਿਸ਼ਾਨ ਨਜ਼ਰ ਆ ਰਹੇ ਨੇ ਸੂਰਜ ਦੇ, ਤੇ ਮਾਸ਼ਾਅੱਲਾ ਚੈੱਕ ਕਰੋ ਕਿਤਨੀ ਖੂਬਸੂਰਤੀ ਹੈ, ਗਰੀਨਰੀ ਗਰੀਨਰੀ ਹੈਗੀ। ਤੇ ਉਧਰੋਂ ਇਹ ਜੀ ਰਹੀ ਸਾਡੇ ਪੜੋਸੀਆਂ ਦੀ ਬੈਕ ਸਾਈਡ, ਕੱਲ੍ਹ ਹੀ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਸੀਗਾ ਅਤੇ ਉਹ ਉਹਨਾਂ ਨੇ ਆਪਣੀ ਨਾ ਇੱਥੇ ਕਾਓ ਬੰਨੀ ਹੋਈ ਹੈਗੀ, ਚਾਰਾ ਵਗੈਰਾ ਖੜੀ ਉਹ ਖਾ ਰਹੀ ਹੈਗੀ, ਇਹਨਾਂ ਨੇ ਬਸ ਨਾਲ ਦੁੱਧ ਲਈ ਰੱਖੀ ਹੋਈ ਹੈਗੀ, ਇਹਨਾਂ ਕੋਲ ਇੱਕ ਬੱਚੀ ਹੈ ਛੋਟੀ, ਉਹਦੇ ਲਈ ਬਸ ਨਾਲ ਦੁੱਧ ਹੀ ਇਹਨਾਂ ਨੂੰ ਚਾਹੀਦਾ ਹੁੰਦਾ ਸੀਗਾ, ਅਤੇ ਖੁਦ ਇਹਨਾਂ ਕੋਲ ਇਹਨਾਂ ਨੇ ਇਤਨੀ ਗੁੰਜਾਇਸ਼ ਨਹੀਂ ਸੀਗੀ ਕਿ ਅਫੋਰਡ ਕਰ ਸਕਦੇ ਦੁੱਧ ਦਾ ਖਰਚਾ, ਉਹ ਇਹਨਾਂ ਨੇ ਸੋਚਿਆ ਜਿਤਨੇ ਦਾ ਅਸੀਂ ਦੁੱਧ ਲੈ ਕੇ ਪਿਲਾਉਣਾ ਹੈਗਾ ਉਤਨੇ ਦੀ ਇੱਕੇ ਰੀ ਇਕੱਠੇ ਪੈਸੇ ਭਰ ਲੈਂਦੇ, ਗਾਂ ਲੈ ਲੈਂਦੇ ਹਾਂ, ਗਾਂ ਉਤਨੇ ਦੀ ਫਿਰ ਵਿਕ ਜਾਵੇਗੀ, ਡੇਲੀ ਗਾਂ ਵੱਢ ਕੇ ਪਾਈ ਰੱਖਾਂਗੇ, ਜਿਵੇਂ ਕਿ ਅਸੀਂ ਚਾਰਾ ਵਗੈਰਾ ਉੱਥੋਂ ਗਾਂਸ ਲੈ ਆਉਂਦੇ ਹਾਂ ਕਿ ਬੰਨੇ ਤੋਂ ਵੱਢ ਕੇ ਫਰੀ ਵਾਲਾ ਜਿਹੜਾ ਹੈ ਉਹ ਹੀ ਇਹਨੂੰ ਪਾਈ ਰੱਖਦੇ ਨੇਗੇ, ਅਤੇ ਡੇਲੀ ਅੱਛਾ ਖਾਸਾ ਦੁੱਧ ਦੇ ਦਿੰਦੀ ਹੈ, 1.5-2 ਕਿਲੋ ਘਰ ਦੇ ਵਿੱਚ ਚਾਹ ਹੀ ਪਕਾ ਲੈਂਦੇ ਨੇਗੇ, ਬੱਚੀ ਜਿਹੜੀ ਪੀ ਲੈਂਦੀ ਹੈਗੀ, ਅਤੇ ਫਿਰ ਜਦੋਂ ਇਹਨੂੰ ਸੇਲ ਕਰਨ ਦਾ ਟਾਈਮ ਆਇਆ ਪਹਿਲੇ ਨਾਲ ਵੀ ਅੱਛੇ ਪੈਸਿਆਂ ਦੀ ਵਿਕ ਵੀ ਜਾਵੇਗੀ, ਬੱਚਤ ਹੀ ਆ ਜਾਵੇਗੀ, ਇਹ ਪ੍ਰੋਫਿਟ ਹੀ ਦੇ ਜਾਂਦੇ ਨੇ, ਘਰ ਦਾ ਜਿਹਾ ਦੁੱਧ ਹੈ ਗੁਜ਼ਾਰਾ ਵੀ ਹੁੰਦਾ ਰਹਿੰਦਾ ਹੈਗਾ। ਬਾਕੀ ਬਾਰਿਸ਼ ਪਤਾ ਨਹੀਂ ਕਦੋਂ ਆਉਂਦੀ ਹੈਗੀ, ਲੇਕਿਨ ਮਾਸ਼ਾਅੱਲਾ ਇੱਥੇ ਠੰਡੀ ਹਵਾ ਬੜੀ ਲੱਗ ਰਹੀ, ਦਿਲ ਕਰ ਰਿਹਾ ਚਾਰ ਭਾਈ ਲੈ ਕੇ ਤਾਂ ਛੱਤ ਹੀ ਆ ਜਾਵਾਂ, ਇੱਥੇ ਸੋ ਜਾਵਾਂ ਸਕੂਨ ਨਾਲ। ਬਾਕੀ ਚਲੀਏ ਹੁਣ ਫਿਰ ਉੱਧਰ ਥੱਲੇ ਥੱਲੇ ਚੱਲ ਕੇ ਰੂਟੀਨ ਦੇਖੀਏ, ਅੱਜ ਤਾਂ ਚਾਰ ਪਾਈਆਂ ਨਹੀਂ ਬਾਹਰ ਕੱਢੀਆਂ ਨੇ, ਐਸੇ ਡਰ ਤੂੰ ਕਿ ਬਾਰਿਸ਼ ਨਾ ਆ ਜਾਵੇ। ਤੇ ਇਹ ਰਿਹਾ ਜੀ ਆਪਣੇ ਘਰ ਦਾ ਫਰੰਟ ਸਾਈਡ, ਮਾਸ਼ਾਅੱਲਾ ਇਹਦੇ ਕਿਤਨੀ ਜ਼ਿਆਦਾ ਗਰੀਨਰੀ ਅਤੇ ਖੂਬਸੂਰਤੀ ਹਰਿਆਲੀ ਹੈ ਜੀ, ਚਲੋ ਜੀ। ਅਤੇ ਇਹ ਰਿਹਾ ਜੀ ਆਪਣੇ ਘਰ ਦਾ ਸੇਨ, ਅੱਗੇ ਇੱਥੇ ਚਾਰ ਪਾਈਆਂ ਇਸ ਟਾਈਮ ਪਈਆਂ ਹੁੰਦੀਆਂ ਸੀ, ਲੇਕਿਨ ਅੱਜ ਨਹੀਂ ਕੱਢੀਆਂ ਨਹੀਂ ਹੈ, ਕੋਈ ਪਤਾ ਨਹੀਂ ਬਾਰਿਸ਼ ਆ ਸਕਦੀ, ਉਹ ਸਾਰੀਆਂ ਜਿਹੜੀਆਂ ਨਾ ਚਾਰ ਪਾਈਆਂ ਉਹ ਅੰਦਰ ਪਈਆਂ ਹੋਈਆਂ, ਅੰਦਰ ਜਿਹੜੀ ਉਹਨਾਂ ਨੇ ਸੈਟਿੰਗ ਕਰਤੀ ਹੋਈ ਹੈਗੀ, ਚੱਲਦੇ ਹਾਂ ਚੱਲ ਕੇ ਤੁਹਾਨੂੰ ਸਾਰੀ ਜਿਹੀ ਸੈਟਿੰਗ ਹੋਈ ਸੀ ਦਿਖਾਉਣਾ। ਬੱਕਰੀਆਂ ਇੱਥੇ ਬੰਨੀ ਹੋਈਆਂ ਥੱਲੇ, ਇਹਨਾਂ ਨੇ ਗਾਸ ਤਾਂ ਐਵੇਂ ਖਿਲਾਰੀ ਰੱਖਣਾ ਹੁੰਦਾ ਹੈਗਾ, ਡੇਲੀ ਇਹਨਾਂ ਨੇ ਸਫਾਈ ਕਰੀ ਸੀ, ਲੇਕਿਨ ਫਿਰ ਵੀ ਐਵੇਂ ਥੱਲੇ ਨਾਲ ਗਾਸ ਖਿਲ ਰਿਹਾ ਹੀ ਰਹਿੰਦਾ ਹੈਗਾ। ਅਤੇ ਇੱਦਾਂ ਹੀ ਚਾਰ ਪਾਈਆਂ ਸੈਟਿੰਗ ਹੋਈ ਸੀ ਸਾਰੀ ਲਾਈਨਾਂ ਦੇ ਵਿੱਚ, 3 ਇੱਥੇ ਚਾਰ ਪਾਈਆਂ ਆ ਜਾਂਦੀਆਂ ਨੇ, 3 ਇੱਥੇ ਆ ਜਾਂਦੀਆਂ ਨੇ, 3 ਇਹਦੇ ਨਾਲ ਆ ਗਈਆਂ ਕਰਨੀਆਂ ਸੀ, ਲੇਕਿਨ ਫਿਰ ਵੀ 2 ਇੱਥੇ ਨਾਲ ਆ ਜਾਂਦੀਆਂ ਨੇ, ਇਹ ਅਗਰ ਫਰਿੱਜ ਤੋਂ ਉਠਾ ਦੀ ਫਿਰ ਇੱਥੇ ਵੀ 3 ਜਿਹੜੀਆਂ ਨੇ ਚਾਰ ਪਾਈਆਂ ਆ ਜਾਵਾਂ, ਤਕਰੀਬਨ 3 ਅਤੇ 3 6 ਅਤੇ 3 9 ਚਾਰ ਪਾਈਆਂ ਇੱਥੇ ਅੰਦਰ ਆ ਸਕਦੀਆਂ ਨੇ, ਜਿਤਨੀਆਂ ਇੱਥੇ ਅੰਦਰ ਜਗ੍ਹਾ ਹੈਗੀ ਸਾਡੇ ਕੋਲ।
ਬਾਕੀ ਨੂਰ ਜਿਹੜੀ ਹੈਗੀ ਉਹਦੀ ਕੱਲ੍ਹ ਆਪਦੀ ਤਬੀਅਤ ਕਾਫੀ ਖਰਾਬ ਹੈਗੀ, ਬੁਖਾਰ ਹੈਗਾ, ਇਹਨੂੰ ਤਾਂ ਰੈਸਟ ਕਰ ਰਹੀ ਹੈਗੀ। ਐਵੇਂ ਪਹਿਲੇ ਤਕਰੀਬਨ ਘੰਟਾ ਪਹਿਲੇ ਮੈਂ ਵੀ ਐਵੇਂ ਸੋ ਰਿਹਾ ਸੀਗਾ, ਮੇਰੀ ਵੀ ਤਬੀਅਤ ਕਾਫੀ ਖਰਾਬ ਸੀ। ਅੱਲਾਹ ਦਾ ਸ਼ੁਕਰ ਹੈ ਅਚਾਨਕ ਮੈਂ ਨਾ ਜਿਗਰਾ ਕੀਤਾ, ਮੈਂ ਕਿਹਾ ਅਸਲ ਚੱਲ ਚੱਲ ਕੇ ਵਲਾਗ ਬਣਾਈਏ। ਵੀਵਰ ਜੇ ਕਹਣਗੇ ਅੱਜ ਅਸਲ ਨੇ ਵਲਾਗ ਕਿਉਂ ਨਹੀਂ ਅਪਲੋਡ ਕੀਤਾ, ਇਹ ਜੀ ਰਿਹਾ ਕੁਛ ਆਪਣੇ ਘਰ ਦੀ ਬਾਹਰਲੀ ਸਾਈਡ ਦਾ ਵਿਊ, ਚੈੱਕ ਕਰੋ। ਅਤੇ ਉਧਰੋਂ ਉਸ ਜਗ੍ਹਾ ਦੀ ਕੱਲ੍ਹ ਵੀ ਮੈਂ ਸਫਾਈ ਕਰਨੀ ਸੀ, ਕੱਲ੍ਹ ਨਹੀਂ ਟਾਈਮ ਲੱਗਿਆ, ਲੇਕਿਨ ਅੱਜ ਤਾਂ ਮੇਰੇ 'ਚ ਇਤਨੀ ਹਿੰਮਤ ਨਹੀਂ ਹੈਗੀ ਇਹਨਾਂ ਨੇ ਗਾ ਸਫਾਈ ਕਰਨ, ਮੈਂ ਲੱਗ ਜਾਵਾਂ ਨਾ ਵਲਾਗ ਮੇਰੇ ਕੋਲ ਨਹੀਂ ਬਣਨਾ ਹੈਗਾ, ਕਰ ਲੈਂਦੇ ਹਾਂ। ਚਲੋ ਸੁਬਾਹ ਫਸਟ ਟਾਈਮ ਉੱਠਦੇ ਹਾਂ, ਲਓ ਇਹਨਾਂ ਉਹ ਸਫਾਈ ਮੈਂ ਕਰਾਂਗਾ, ਸਾਰਾ ਸੁੱਕਿਆ ਪਿਆ ਹੈਗਾ, ਚਾਰਾ ਬਾਹਰ ਚੱਕ ਕੇ ਉੱਧਰ ਸਿੱਟਣਾ, ਅੱਜ ਤਾਂ ਬੱਕਰੀਆਂ ਨਹੀਂ ਬਾਹਰ ਬੰਨੀਆਂ ਨਹੀਂ ਹੈ। ਅਤੇ ਇਹ ਜਿਹੀ ਜਗ੍ਹਾ ਇੱਥੋਂ ਵੀ ਕੱਲ੍ਹ ਪਿੱਠ ਦੀ ਵੱਲਾਂ ਪੱਟਤੀਆਂ ਸੀਗੀਆਂ, ਅਤੇ ਇੱਥੇ ਨਾ ਹੁਣ ਨਵੀਂ ਕੋਈ ਚੀਜ਼ ਗੱਡਣੀ ਹੈਗੀ, ਤੁਸੀਂ ਮਸ਼ਵਰਾ ਦੇਣਾ ਇਹਦੇ ਥੱਲੇ ਨਾ ਕੀ ਚੀਜ਼ ਗੱਡੀਏ। ਇਹ ਪਿੱਠੇ ਦੀ ਜਿਹੜੀ ਨਾ ਜੜ ਖੜੀ ਹੈਗੀ ਹੈਲੀ, ਇਹ ਨਵੀਂ ਉਗਣੀ ਸ਼ੁਰੂ ਹੋ ਗਈ ਹੈਗੀ, ਕਿੰਨਾ ਮੋਟਾ ਮੁੱਢ ਹੋ ਗਿਆ ਹੈਗਾ, ਇਹ ਉਹਨਾਂ ਅੱਗੇ ਗਰੋ ਕਰਨਾ ਹੋਇਆ ਇਹਨੇ ਕਰ ਜਾਵੇਗਾ। ਅਤੇ ਹੁਣ ਇਹਦੇ 'ਤੇ ਇਹ ਗਰੰਟੀ ਮੈਂ ਦੇਣਾ ਆ ਗਿਆ ਕਿ ਪੇਠੇ ਲਾਜ਼ਮੀ ਲੱਗਣਗੇ, ਕਿਉਂਕਿ ਉਹਨੇ ਦੁਬਾਰਾ ਉੱਗੇਗਾ ਨਾ, ਪਹਿਲੇ ਵਾਲਾ ਜਿਹੜਾ ਜ਼ਾਇਆ ਗਈਆਂ ਦੀਆਂ ਵੱਲਾਂ, ਹੁਣ ਜਿਹੜੀਆਂ ਉੱਗਣਗੀਆਂ ਇਹ ਅੱਗੇ ਇਹਦੇ 'ਤੇ ਪੇਠੇ ਲੱਗਣਗੇ। ਅਤੇ ਇਹ ਆਪਣੇ ਜੀ ਮਿੱਠਿਆਂ ਦਾ ਰਿਹਾ ਪੌਦਾ, ਇਹਦੇ ਪਤਾ ਨਹੀਂ ਕੀ ਹੋ ਜਾਂਦਾ ਹੈਗਾ, ਪੀਲੇ ਪੀਲੇ ਪੱਤੇ ਹੋ ਕੇ ਆਪਣੇ ਆਪ ਗਿਰ ਜਾਂਦੇ ਨੇ, ਇਹਨੂੰ ਸਪਰੇ ਕਰਾਉਂਦੇ ਹਾਂ, ਕੋਈ ਨਾ ਸੁੰਡੀ ਵਗੈਰਾ ਇਹਨੂੰ ਲੱਗੀ ਹੋਈ, ਅੱਗੇ ਸੁੰਡੀ ਲੱਗੀ ਸੀਗੀ, ਹੁਣ ਫਿਰ ਉਹੀ ਮੈਨੂੰ ਲੱਗਦਾ ਇਸ਼ੂ ਆ ਰਿਹਾ ਹੈਗਾ, ਨਹੀਂ ਤਾਂ ਮਾਸ਼ਾਅੱਲਾ ਗਰੋ ਬਹੁਤ ਪਿਆਰਾ ਕਰ ਰਿਹਾ, ਹਾਲੀ ਤੱਕ ਗਰੋ ਕਰਦਾ ਜਾ ਰਿਹਾ, ਇਹ ਵੀ ਐਵੇਂ ਵੱਧਦੇ ਜਾ ਰਹੇ, ਇਹਨਾਂ 'ਤੇ ਅਨਾਰ ਤਾਂ ਨਹੀਂ ਲੱਗੇ ਸੀ, ਲੇਕਿਨ ਇਹ ਵੱਧਦੇ ਮਾਸ਼ਾਅੱਲਾ ਬਹੁਤ ਪਿਆਰੇ ਪਏ ਨੇਗੇ। ਵਾਲੇਕੁਮ ਸਲਾਮ। ਆ ਗਈਆਂ ਆਪਣੇ ਘਰ ਦੀਆਂ ਸਬਜ਼ੀਆਂ, ਸਬਜ਼ੀਆਂ ਕੀ ਸਿਰਫ ਮਿਰਚਾਂ ਹੀ ਨਹੀਂ, ਮਿਰਚਾਂ ਹੀ ਦੇਖੋ ਲਾਲ ਲਾਲ ਹੋਈਆਂ ਪਈਆਂ ਨੇਗੀਆਂ, ਇਹ ਵੀ ਇੱਕ ਵਾਰੀ ਸਾਰੀਆਂ ਲਾਲ ਹੋ ਜਾਵਣ ਨਾ ਫਿਰ ਇਹਨਾਂ ਲਾਵਾਂਗੇ, ਕਿਹੜੀਆਂ ਗਿਰਨ ਲੱਗੀਆਂ ਨੇਗੀਆਂ ਥੱਲੇ, ਉਹਦੇ ਨਾਲ ਪੌਦੇ ਨੂੰ ਕੋਈ ਵਜ੍ਹਾ ਲੱਗ ਗਈ ਹੈਗੀ, ਅਸਨੈਣ ਉਹਨਾਂ ਨੇ ਹਿਲਾਇਆ ਕੀ ਵਜ੍ਹਾ, ਇਹ ਮੁਰਝਾ ਗਿਆ ਹੈਗਾ, ਅਤੇ ਇਹਦੀਆਂ ਨਾ ਆਂਧੀ ਦੀ ਵਜ੍ਹਾ ਟਹਿਣੀਆਂ ਟੁੱਟੀਆਂ ਸੀਗੀਆਂ, ਇਹ ਦੇਖੋ ਸਾਰੀਆਂ ਨਾਲ ਲੱਥੀਆਂ ਪਈਆਂ ਟਹਿਣੀਆਂ, ਇਹ ਚੈੱਕ ਕਰੋ, ਇਸ ਤਰ੍ਹਾਂ ਲੈ ਗਈ ਨਾ ਸੋ ਮੁਰਝਾ ਗਏ, ਉੱਤੋਂ ਹਰੀ ਹਰੀ ਹੈਗੀ, ਕੋਈ ਨਾ ਪਾਣੀ ਵਗੈਰਾ ਇਹਨਾਂ ਡੇਲੀ ਮਿਲਾਉਂਦਾ ਰਹਿੰਦਾ ਆ ਗਿਆ, ਦੁਬਾਰਾ ਫਿਰ ਉੱਗ ਜਾਣਗੀਆਂ। ਇਹਨੂੰ ਅਗਲੇ ਦਿਨ ਬੱਕਰੀ ਨੇ ਚੱਖ ਲਿਆ, ਇਹ ਲੈ ਮਸਜਿਦ ਵਾਸਤੇ ਆਇਆ ਸੀਗਾ, ਲੇਕਿਨ ਮੇਰਾ ਬਾਅਦ ਉਸ ਸਾਈਡ ਚੱਕਰ ਨਹੀਂ ਲੱਗਿਆ ਹੈਗਾ, ਅਤੇ ਉਵੇਂ ਹੀ ਇੱਥੇ ਪਈ ਹੈਗੀ। ਹੁਣ ਇਨਸ਼ਾਅੱਲਾ ਤਾਲਾ ਨਾ ਸੁਬਾਹ ਜਾਵਾਂਗਾ, ਫਸਟ ਟਾਈਮ ਜਾਂ ਸੈਕਿੰਡ ਟਾਈਮ ਮੇਰਾ ਦਿਲ ਹੁੰਦਾ ਠੰਡੇ ਟਾਈਮ ਬੰਦਾ ਲਾ ਆਵੇ, ਇਹ ਨਾ ਜਾ ਕੇ ਉੱਥੇ ਲਾ ਆਵਾਂਗਾ ਮਸਜਿਦ ਦੇ ਅੱਗੇ ਛਾਂ ਵਾਸਤੇ ਲਾਉਣਾ ਹੈਗਾ। ਵੈਸੇ ਇਹ ਤਾਂ ਓਨਾ ਕੀ ਪਤਾ ਜ਼ਿਆਦਾ ਗਰੋ ਨਾ ਹੀ ਕਰ ਪਾਵੇ, ਅਗਰ ਮੇਰਾ ਹੁਣ ਨਰਸਰੀ ਚੱਕਰ ਲੱਗਿਆ ਨਾ, ਜੋ ਸਾਹੀਵਾਲ ਜਾਣਾ ਹੈਗਾ ਮੇਰਾ ਫੋਨ ਲਵਣ, ਜਿਸ ਦਿਨ ਮੈਂ ਫੋਨ ਲਵਣ ਗਿਆ ਨਾ ਉਸ ਦਿਨ ਮੈਂ ਵੱਡਾ ਲੈ ਆਵਾਂ, ਗਮਲੇ ਵਾਲੀ ਜੀ ਵੱਡੀ ਪਈ ਸੀ ਨਾ, ਇਸ ਤਰ੍ਹਾਂ ਬਕੈਨ ਇਹਦੇ ਥੱਲੇ ਆ ਛਾਪਰ ਹੈਗਾ, ਉਹ ਦੂਸਰੀ ਗਮਲੇ ਲੈ ਆਵਾਂਗੇ, ਉਹ ਜ਼ਿਆਦਾ ਗਰੋ ਕਰਦੀ ਹੈ, ਇਹ ਤਾਂ ਛਾਪਰ ਵਾਲੀ ਜਿਹੜੀ ਆਪਣੀ ਤੁਸੀਂ ਦੇਖ ਲਈ ਨਾ, ਉਹ ਵੈਸੇ ਬੱਚਿਆਂ ਨੇ ਖਿੱਚ ਦਿੱਤੀ ਤੀ, ਕੀ ਪਤਾ ਉਹ ਗਰੋ ਹੀ ਨਾ ਕਰਦੀ, ਉਸ ਦਿਨ ਹੀ ਮੁਰਝਾ ਗਈ ਸੀ ਜਿਹੜੇ ਦਿਨ ਕੱਢ ਕੇ ਉਹਨੂੰ ਲਾਇਆ ਆ ਗਿਆ। ਉਧਰੋਂ ਜੀ ਇੱਧਰ ਰਹੀ ਆਪਣੀ ਪਿਆਰੀ ਕਿਊਟੀ ਮਿਊਟੀ ਸੀ ਦੁਕਾਨ, ਇਹਦੇ ਵੀ ਜਿਹੜੇ ਨਾ ਅੱਜ ਆਪੂ ਜਾਣ ਦੇ ਹੈਂਡ ਓਵਰ ਕੀਤੀ ਹੋਈ ਸੀ ਕਿ ਅੱਜ ਅਸੀਂ ਹੋ ਜਾ, ਤੂੰ ਉੱਤੇ ਥੱਲੇ ਸਾਰੀ ਚੀਜ਼ਾਂ ਹੋਈਆਂ, ਵੀ ਜਿਵੇਂ ਬੱਚੇ ਆਉਂਦੇ ਨੇ ਫਿਰ ਉਹ ਜਿਹੜੀ ਚੀਜ਼ ਉਹਨਾਂ ਚੱਕਣੀ ਹੁੰਦੀ ਨਾ ਉੱਤੇ ਥੱਲੇ ਕਰ ਦਿੰਦੇ ਨੇਗੇ, ਮੈਂ ਥੋੜ੍ਹਾ ਬਹੁਤ ਡਾਂਟਣਾ ਆ ਗਿਆ ਜਦੋਂ ਬੱਚੇ ਹੋਰ ਆਪਣਾ ਚੀਜ਼ਾਂ ਕਰਦੇ, ਲੇਕਿਨ ਆਪੂ ਜਾਣ ਜਿਹੜੇ ਨੇ ਸਾਰਿਆਂ ਨਾਲ ਬੱਚਿਆਂ ਨਾਲ ਜਿਹੜੇ ਮਹੱਲੇ ਦੇ ਨਾ ਉਹਨੂੰ ਕੁਛ ਵੀ ਨਹੀਂ ਕਹਿੰਦੇ ਨੇ, ਇਸ ਵਜ੍ਹਾ ਤੂੰ ਨਾ ਉਹਨਾਂ ਨੇ ਆਹ ਦੇਖੋ ਉੱਤੇ ਥੱਲੇ ਸਾਰੀ ਚੀਜ਼ਾਂ ਮਿਕਸ ਕਰਤੀਆਂ ਨੇਗੀਆਂ, ਹੁਣ ਸਾਰੀ ਚੀਜ਼ਾਂ ਮੈਨੂੰ ਠੀਕ ਕਰਨੀਆਂ ਪੈਣੀਆਂ ਨੇਗੀਆਂ। ਬਾਕੀ ਆਪਣੀ ਬੋਤਲਾਂ ਵਗੈਰਾ ਜੀ ਸਾਰੀਆਂ ਸੇਲ ਹੋ ਗਈਆਂ ਹੋਈਆਂ ਨੇਗੀਆਂ, ਹੁਣ ਨਾ ਨਵੀਆਂ ਬੋਤਲਾਂ ਲੈ ਆਵਾਂਗੇ, ਸੇਲ ਦੇ ਪੈਸੇ ਸਾਰੇ ਜਮ੍ਹਾਂ ਕੀਤੇ ਰੱਖਣੇ ਆਗੇ, ਬੋਤਲਾਂ ਹੀ ਲੈ ਆਵਾਂਗੇ, ਬਾਕੀ ਸਮਾਨ ਜਿਹੜਾ ਸ਼ੋਪ ਤੋਂ ਉਹ ਵੀ ਇਨਸ਼ਾਅੱਲਾ ਤਾਲਾ ਔਰ ਲੈ ਆਵਾਂਗੇ ਇੱਕ ਦੋ ਦਿਨਾਂ ਤੱਕ, ਤਕਰੀਬਨ ਇੰਨਾ ਕੁ ਸਮਾਨ ਬਾਕੀ ਬਚਿਆ ਪਿਆ ਹੈਗਾ। ਬਾਕੀ ਨਾ ਫਿਰ ਜੋ ਹੀ ਹੈ, ਤਬੀਅਤ ਚਾਹੇ ਖਰਾਬ ਵੀ ਹੈ ਨਾ, ਮੇਰੇ ਕੋਲ ਨਹੀਂ ਇਹ ਹਾਲਤ ਦੇਖੀ ਜਾ ਰਹੀ, ਬਾਅਦ ਜਿਹੜਾ ਨਾ ਕੀਤਾ ਮੇਰੇ ਕੋਲ ਨਾ ਫਿਰ ਸਫਾਈ ਹੋ ਪਾਵੇ, ਕਚਰਾ ਜਿਹਾ ਗੰਦਾ ਲੱਗ ਰਿਹਾ ਹੈਗਾ, ਘਰ ਵਾਲਾ ਤਾਂ ਉਹਨੇ ਚੱਕ ਕੇ ਸਿੱਟਣੇ ਆਉਂਗੇ ਉੱਥੇ,
ਉਹ ਸਾਹਮਣੇ ਤਾਂ ਸਿੱਟਣਾ ਹੈਗਾ ਇੱਥੋਂ ਜੇ ਇਹਨਾਂ ਕਈ ਦੇ ਟੱਪੇ ਪਾਰਕ ਦੋ ਤਿੰਨ ਬੰਨੇ ਨੇਗੇ ਸਾਰਾ ਚਾਰਾ ਜਿਹਾ ਇਹਨੂੰ ਉੱਥੇ ਚੱਕਿਆ ਜਾਣਾ ਹੈਗਾ ਅਤੇ ਉੱਧਰ ਜਾ ਕੇ ਸਿੱਟ ਜਾਣਾ ਹੈਗਾ। ਸੁੱਕਿਆ ਪਿਆ ਹੈਗਾ ਗਰਮੀ ਦੀ ਵਜ੍ਹਾ ਤੋਂ ਨਾ ਸੁੱਕ ਜਾਂਦਾ ਹੈਗਾ ਉਵੇਂ ਪਿਆ ਪਿਆ ਤਕਰੀਬਨ ਜੀ। ਇਸ ਤਰ੍ਹਾਂ ਨਾ ਪਹਿਲੇ ਇਕੱਠਾ ਕਰ ਲੈਂਦੇ ਹਾਂ, ਦੇਖੋ ਕੋਈ ਥੱਲੇ ਖਰਾਬ ਵਗੈਰਾ ਨਹੀਂ ਹੋਇਆ, ਸਾਰਾ ਸੁੱਕਿਆ ਪਿਆ ਹੈਗਾ ਡੇਰੀ ਕਰਕੇ ਨਾ ਇਹ ਥੱਲੇ ਸਾਰੀਆਂ ਵੱਲਾਂ ਪਈਆਂ ਨੇ ਜੀ, ਚੱਕ ਕੇ ਉੱਥੇ ਸਿੱਟ ਲੈਂਦੇ ਹਾਂ ਇਸੇ ਤਰ੍ਹਾਂ। ਹਾਂਜੀ ਅਤੇ ਹੁਣ ਚੈੱਕ ਕਰੋ ਜੀ, ਸਫਾਈ ਹੋ ਗਈ ਨਾ, ਬਸ ਝਾੜੂ ਦੇਵਣ ਵਾਲਾ ਹੈਗਾ ਅਤੇ ਸੁਬਹਾ ਨੇ ਇਸ ਜਗ੍ਹਾ ਤੋਂ ਫਰਸ਼ ਵੀ ਸੁਬਹਾ ਫਸਟ ਟਾਈਮ ਉੱਠਦਿਆਂ ਲਾਓ ਜੀ, ਮੈਂ ਦੋ ਦੇਵਾਂਗਾ ਅੱਛੀ ਤਰ੍ਹਾਂ ਸਫਾਈ ਕਰਕੇ, ਫਿਰ ਇੱਥੇ ਬਾਹਰ ਬੱਕਰੀਆਂ ਬੰਨਾਂਗੇ। ਅਤੇ ਉਦੋਂ ਨਾ ਸਾਡੇ ਪਿੰਡ ਦੇ ਵਿੱਚ ਕਚਰੇ ਸਿੱਟਣ ਦੀ ਜਗ੍ਹਾ ਨਹੀਂ ਹੈਗੀ, ਜਿਸ ਵਜ੍ਹਾ ਤੋਂ ਅਸੀਂ ਨਾ ਇੱਥੇ ਕਚਰਾ ਸਿੱਟਣਾ ਬਿਹਤਰ ਸਮਝਿਆ ਸੀ। ਗੱਲ ਨਾ ਕਿ ਮਿਹਰਬਾਨੀ ਇਹਨਾਂ ਅੰਕਲ ਦੀ, ਜਿਹਨਾਂ ਦੀ ਹੈ ਨਾ ਜ਼ਮੀਨ ਹੈਗੀ, ਉਹਨਾਂ ਨੇ ਸਾਨੂੰ ਇੱਥੇ ਕਚਰਾ ਜਿਹਨਾਂ ਨੇ ਸਿੱਟਣ ਦਿੱਤਾ ਹੈ। ਗੱਲ ਨਾ ਹੋਰ ਕਿਸੇ ਮਹੱਲੇ 'ਚ ਤਾਂ ਨਹੀਂ ਸਿੱਟਣ ਦਿੰਦੇ ਨੇਗੇ, ਇਹ ਪਰਲਾ ਟੋਟਾ ਉਹਨਾਂ ਦਾ ਹੀ ਹੈਗਾ ਜਿਹਦੇ ਸਿੱਟਿਆ ਪਏ, ਲੇਕਿਨ ਇੱਕ ਪਹਿਲਾਂ ਹੀ ਐਵੇਂ ਸੀਗਾ ਇਹਦੇ ਉੱਤੋਂ ਅਸੀਂ ਬੁਰਾਈ ਪਾ ਦੇਵਾਂਗੇ ਇਹ ਤਕਰੀਬਨ ਇਹਦੇ ਬਰਾਬਰ ਹੀ ਸਲਿੱਪਾਂ ਦੇ ਹੋ ਜਾਣਾ ਹੈਗਾ ਸਾਰਾ ਰਸਤਾ, ਜਿਵੇਂ ਪਿੱਛੋਂ ਪਿੰਡ ਦਾ ਰਸਤਾ ਆ ਰਿਹਾ ਨਾ ਇਸ ਜਗ੍ਹਾ ਨੀਵਾਂ ਹੋ ਜਾਂਦਾ ਹੈਗਾ, ਸਾਰਾ ਪਿੰਡ ਇੱਧਰ ਨੂੰ ਨੀਵਾਂ ਹੈਗਾ ਲੇਕਿਨ ਇੱਧਰ ਨੂੰ ਜਿਹਨੂੰ ਉੱਚਾ ਹੈਗਾ, ਇਸ ਵਜ੍ਹਾ ਤੋਂ ਬਾਰ ਬਾਰ ਨਾਲੀ ਵੀ ਲੀਕ ਹੁੰਦੀ ਰਹਿੰਦੀ ਹੈ, ਜਦੋਂ ਉੱਚਾ ਹੋ ਗਿਆ ਨਾ ਉਦੋਂ ਇੱਥੋਂ ਨਹੀਂ ਨਾਲੀ ਲੀਕ ਹੋਵੇਗੀ। ਇਹ ਬੜੀ ਪੁਰਾਣੀਆਂ ਨਾਲੀ ਵੀ ਬਣੀ ਹੋਈ ਹੈ, ਅੱਗੇ ਕਚਰੇ ਸਿੱਟਾਂ ਜਗ੍ਹਾ ਹੀ ਨਹੀਂ ਹੈਗੀ ਸਾਡੇ ਪਿੰਡ ਪੂਰੇ ਦੇ ਵਿੱਚ, ਕਿਧਰੇ ਵੀ ਨਹੀਂ ਕੋਈ ਜਗ੍ਹਾ ਹੈਗੀ। ਅੱਗੇ ਇੱਥੇ ਸੀਗੀ ਲੇਕਿਨ ਉਹ ਮਲਕੀਅਤ ਸੀ ਕਿਸੇ ਦੀ, ਜਿਵੇਂ ਗੌਰਮੈਂਟ ਦੀ ਕੋਈ ਜਗ੍ਹਾ ਹੁੰਦੀ ਨਾ, ਅਤੇ ਸਾਡੇ ਪਿੰਡ ਦੇ ਵਿੱਚ ਕਿਧਰੇ ਹੀ ਨਹੀਂ ਹੈਗੀ ਕੋਈ ਕਚਰਾ ਵਗੈਰਾ ਸਿੱਟਣ ਦੀ, ਸਾਰੇ ਐਵੇਂ ਵਿਚਾਰੇ ਕੋਈ ਘਰਾਂ 'ਚ ਪੁਰਾਈਆਂ ਥੱਲੇ ਦੇ ਲੈਂਦੇ ਨੇਗੇ, ਕੋਈ ਕਿਧਰੇ ਉਹਨਾਂ ਦੀ ਘਰ ਦੀ ਅੱਗੇ ਜਗ੍ਹਾ ਹੈਗੀ ਵਿਹਲੀ ਉੱਥੇ ਸਿੱਟੀ ਰੱਖਦੇ ਨੇ। ਇਸੇ ਤਰ੍ਹਾਂ ਹਰ ਕਿਸੇ ਨੇ ਆਪਣਾ ਆਪਣਾ ਕੋਈ ਨਾ ਕੋਈ ਟਿਕਾਣਾ ਬਣਾਇਆ, ਜਿੱਥੇ ਕਚਰਾ ਜਾਂਦਾ ਥੱਲੇ ਦੱਬੀ ਰੱਖਦੇ ਨੇਗੇ, ਉੱਥੇ ਮਿੱਟੀ ਸਿੱਟੀ ਰੱਖਦੇ ਨੇਗੇ। ਵੈਸੇ ਨਾ ਸਾਡੇ ਪਿੰਡ ਕਚਰੇ ਸਿੱਟਣ ਵਾਸਤੇ ਜਗ੍ਹਾ ਨਾ ਬਣੀ ਹੋਣ ਦਾ ਫਾਇਦਾ ਪਤਾ ਕੀ ਹੋਵੇਗਾ ਸਾਡੇ ਪਿੰਡ ਨੂੰ, ਸਾਡਾ ਪਿੰਡ ਨੀਵਾਂ ਨਹੀਂ ਹੋਵੇਗਾ, ਪੁਰਾਈ ਪੈਂਦੀ ਰਹੇਗੀ, ਪਿੰਡ ਦਾ ਕਚਰਾ ਪਿੰਡ 'ਚ ਹੀ ਉੱਤੇ ਪੁਰਾਈ ਸਾਰੇ। ਇਹ ਅਸਲ 'ਤੇ ਬਿਮਾਰੀਆਂ ਦੀ ਇਹਨਾਂ ਨਿਸ਼ਾਨੀ ਹੈਗੀ, ਬਿਮਾਰੀਆਂ ਦੇ ਨਾਲ ਬਹੁਤ ਜ਼ਿਆਦਾ ਫੈਲਦੀਆਂ, ਕਚਰਾ ਜਿਹਾ ਘਰ ਦਾ ਹੁੰਦਾ ਨਾ ਘਰ ਤੋਂ ਦੂਰ ਸਿੱਟਣਾ ਚਾਹੀਦਾ ਹੈਗਾ ਜਿਵੇਂ ਆਬਾਦੀ ਤੋਂ, ਲੇਕਿਨ ਘਰਾਂ ਦੇ ਵਿੱਚ ਜੇ ਇਹਨਾਂ ਸਾਰੇ ਪਿੰਡਾਂ ਵਾਲੇ ਵਿਚਾਰੇ ਉਹ ਕੀ ਕਰਨ, ਇੱਥੇ ਪੂਰੇ ਪਿੰਡ ਜਗ੍ਹਾ ਨਹੀਂ, ਹਾਲਾਂਕਿ ਸਾਰਿਆਂ ਨੂੰ ਮਿਲ ਜੁਲ ਕੇ ਨਾ ਥੋੜ੍ਹੀ ਬਹੁਤੀ ਜ਼ਮੀਨ ਲੈ ਲੈਣੀ ਚਾਹੀਦੀ ਹੈਗੀ, ਇਹ ਸਾਰੀ ਜ਼ਮੀਨਾਂ ਵਿਹਲੀਆਂ ਪਈਆਂ ਨੇਗੀਆਂ। ਇੱਥੋਂ ਬੰਦਾ ਜਿਹੜਾ ਨਾ ਪੂਰਾ ਪਿੰਡ ਜਿਹਾ ਰਲ ਕੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਕੋਈ 5 ਕੁ ਮਰਲੇ ਜ਼ਮੀਨ ਲੈ ਲਵੇ ਨਾ, ਉਹਦੇ ਕਚਰਾ ਸਿੱਟੀ ਰੱਖੇ, ਸਾਲ ਬਾਅਦ ਉਹਨਾਂ ਟਰਾਲੀਆਂ ਭਰਾ ਕੇ ਉੱਥੋਂ ਚੱਕਵਾ ਦੇਵੇ, ਇਸ ਤਰ੍ਹਾਂ ਕੋਈ ਨਾ ਨਿਜ਼ਾਮ ਹੋਵੇ ਨਾ ਪਿੰਡ 'ਚ ਫਿਰ ਠੀਕ ਹੈ। ਲੇਕਿਨ ਸਾਡੇ ਇੱਥੋਂ ਜੇ ਨੰਬਰਦਾਰ ਨੇ ਉਹ ਵੀ ਨੀਲਾ ਗਿੱਲਾ ਕਰਦੇ ਤਾਂ ਫਿਰ ਉਹਨਾਂ ਕਹਿੰਦਾ ਨੇ ਜਿਹੜਾ ਨਾ ਇੱਥੇ ਕੰਮ ਕਰਾਉਣਾ ਹੈਗਾ। ਅਤੇ ਬਾਕੀ ਪਿੰਡਾਂ ਦੇ ਵਿਚਾਰੇ ਹੁਣ ਜਿਹੜੇ ਥੱਲੇ ਉਹਨਾਂ ਨੰਬਰਦਾਰਾਂ ਰਿਹਾ ਬੈਠੇ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਕਦਮ ਉਠਾਵਣ ਕਿ ਹੁਣ ਪਿੰਡ ਵਾਲਿਆਂ ਨੂੰ ਆਖਣ ਤੁਸੀਂ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰੋ, ਚਲੋ 4-5 ਮਹੀਨੇ ਤੱਕ ਆਪਣੀ ਕੋਈ ਜਗ੍ਹਾ ਇੱਥੇ ਲਵੀ ਜਾਵੇਗੀ, ਪਿੰਡ ਦੀ ਉਹ ਜਗ੍ਹਾ ਸਦੀਵੇਗੀ ਨਾ, ਉਹਦੇ ਕਚਰਾ ਵਗੈਰਾ ਸਟੀਂਦਾ ਰਹੇਗਾ, ਇਸ ਤਰ੍ਹਾਂ ਦਾ ਕੋਈ ਨਿਜ਼ਾਮ ਨਹੀਂ ਹੈਗਾ ਇੱਥੇ। ਉਧਰ ਸਾਡੇ ਪਿੰਡ ਜ਼ਮੀਨ ਵੀ ਸਸਤੀ ਹੈਗੀ, ਤਕਰੀਬਨ ਇਹ ਅੰਕਲ ਹੋਰ ਜਿਹੜੇ ਨੇਗੇ ਇਹ 60-70 ਹਜ਼ਾਰ ਰੁਪਏ ਤੋਂ ਮਰਲੇ ਦੀ ਡਿਮਾਂਡ ਕਰ ਰਹੇ ਨੇਗੇ, ਅੱਗੇ ਵਾਲੀ ਜਿਹੜੀ ਉਹ ਵੀ ਇਹੀ ਰੇਟ ਚੱਲ ਰਿਹਾ, ਲੇਕਿਨ ਜਦੋਂ ਬੰਦਾ ਲਵਣ 'ਤੇ ਆਵੇ ਨਾ 50 ਹਜ਼ਾਰ ਰੁਪਏ ਮਰਲਾ ਵੀ ਮਿਲ ਜਾਂਦੀ ਹੈ ਉਹ ਜੀ ਜ਼ਮੀਨ। ਅਤੇ ਜਿਵੇਂ ਸਾਡੇ ਘਰ ਦੇ ਅੱਗੇ ਮੇਰਾ ਮੂਡ ਬੜਾ ਹੈਗਾ, ਇਨਸ਼ਾਅੱਲਾ ਤਾਲਾ ਕਰੀਬ ਹੀ ਨਾ ਇੱਥੋਂ 10-1 ਮਰਲੇ ਜ਼ਮੀਨ ਜਿਹੜੀ ਨਾ ਅਸੀਂ ਲੈ ਲੈਣੀ ਹੈ ਘਰ ਦੇ ਅੱਗੋਂ ਹੀ ਇਸ ਜਗ੍ਹਾ ਤੋਂ। ਅੰਕਲ ਹੋਰੀ ਹੁਣ ਹੀ ਸਾਨੂੰ ਕਹਿੰਦੇ ਨੇ ਤੁਸੀਂ ਸਾਨੂੰ 1,00,000 ਰੁਪਈਆ ਦੇ ਦਿਓ ਅਤੇ ਜ਼ਮੀਨ ਜਿਹੜੀ ਚਾਹੇ ਨਾਮ ਲਗਵਾ ਲਓ, ਬਾਕੀ ਅਸੀਂ ਸਾਨੂੰ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਦਿੱਤੀ ਰੱਖਿਆ। ਪਿੰਡਾਂ ਥਾਵਾਂ 'ਤੇ ਕਰਦੇ ਹੀ ਐਵੇਂ ਨੇ ਕਿ ਆਪਣੀ ਜ਼ਮੀਨਾਂ ਜੀ ਇਹਨਾਂ ਸੇਲ ਕਰਕੇ ਆਪਣੇ ਘਰ ਦਾ ਵੀ ਗੁਜ਼ਾਰਾ ਕਰਦੇ ਰਹਿੰਦੇ, ਜਿਹਨਾਂ ਕੋਲ ਕੋਈ ਜਾਨਵਰ ਵਗੈਰਾ ਨਹੀਂ ਹੁੰਦੇ ਨੇਗੇ। ਇਹਨਾਂ ਅੰਕਲ ਹੋਰ ਵੀ ਜ਼ਮੀਨ ਕਾਫੀ ਠੇਕੇ 'ਤੇ ਵੀ ਦੇ ਦਿੰਦੇ ਨੇਗੇ, ਲੇਕਿਨ ਉਹਨਾਂ ਦਾ ਨਾ ਜਿਵੇਂ ਉਹ ਕਹਿੰਦੇ ਨੇਗੇ ਕੋਈ ਥੋੜ੍ਹੀ ਬਹੁਤੀ ਜ਼ਮੀਨ ਗੱਡੀ ਹੋਵੇ ਉਹਦੀ ਖਾਦ ਪਾਣੀ ਵਾਸਤੇ, ਇਹੋ ਜਿਹੀ ਜ਼ਮੀਨ ਜਿਹੜੀ ਉਹਨਾਂ ਦੀ ਥੋੜ੍ਹੀ ਬਹੁਤੀ ਕਿਧਰੇ ਪਈ ਹੁੰਦੀ ਨਾ ਇਹ ਸੇਲ ਕੀਤੀ ਰੱਖਦੇ ਨੇ, ਉਹਨਾਂ ਨੇ ਸੇਲ 'ਤੇ ਲਾਈ ਹੋਈ ਹੈਗੀ, ਜਿਹਨਾਂ ਨੇ ਕਿਸੇ ਨੇ ਖਰੀਦਣੀ ਤੂੰ ਖਰੀਦ ਲਵੇਗਾ ਪਿੰਡ, ਲੇਕਿਨ ਵਿਕਦੀਆਂ ਹੀ ਨਹੀਂ ਇੱਥੇ ਇਤਨੀਆਂ ਜ਼ਿਆਦਾ।
ਹੁਣ ਤਾਂ ਵੈਸੇ ਬਾਰਿਸ਼ ਦਾ ਬਣਿਆ ਹੋਇਆ, ਲੇਕਿਨ ਕੋਈ ਪਤਾ ਨਹੀਂ ਬਾਰਿਸ਼ ਨਾ ਹੀ ਆਵੇ ਤੇ ਚਾਰਪਾਈਆਂ ਜਿਹੜੀਆਂ ਨੇਗੀਆਂ ਬਾਹਰ ਇੱਥੇ ਕੱਢਣ ਲੱਗੇ ਆਪੇ, ਬਾਰਿਸ਼ ਆਈ ਨਾ ਤੇ ਫਿਰ ਇਹਨਾਂ ਨੂੰ ਅੰਦਰ ਰੱਖ ਲਵਾਂਗੇ। ਮਾਨ ਫਾਤਮਾ ਹੀ ਕੱਢ ਰਹੀ ਹੈ, ਨੂਰ ਹੀ ਨਾਲ ਹੈਲਪ ਕਰਾ ਰਹੀ ਹੈ। ਨੂਰ ਦੀ ਮਾਸ਼ਾਅੱਲਾ ਤਬੀਅਤ ਨਾਲ ਪਹਿਲੇ ਨਾਲ ਕਾਫੀ ਬਿਹਤਰ ਹੋ ਗਈ ਹੈਗੀ। ਅੱਗੋਂ ਪਰਦੇ ਕੀਤੇ ਹਟਾ ਦੇ ਹੋਏ, ਉੱਥੇ ਦੀ ਲੱਤਾਂ ਲਈ ਵਿਛਾਰੀ ਹੈ ਇਹਨੂੰ। ਚਲੋ ਜੀ ਪਰਦੇ ਹੀ ਹਟਾ ਦੇਈਏ, ਰੁਕ ਜਾ ਨੂਰ ਆ ਕੇ ਉਹ ਚੱਕ ਲੈਂਦੇ ਨੇ ਜੀ। ਤੂੰ ਸੋ ਜਾ, ਅੱਬੂ ਜਾਨ ਕਹਿ ਗਏ ਨੇਗੇ ਇਹਨੂੰ ਰੈਸਟ ਹੀ ਸੀ ਕਰਨ ਦੇ ਨੇ, ਇਹਨੂੰ ਕੋਈ ਨਾ ਕਿਧਰੇ ਖੇਲਣ ਨਿਕਲਦੇ ਆ ਜੇ। ਸਾਰਾ ਦਿਨ ਇਹਨੂੰ ਮੰਜੇ 'ਤੇ ਹੀ ਉਹਨਾਂ ਨੇ ਸੁਲਾਈ ਰੱਖਿਆ ਹੈਗਾ, ਇਹਨੂੰ ਉੱਠਣ ਨਹੀਂ ਦਿੱਤਾ, ਹਾਲਾਂਕਿ ਖੇਲਦੀ ਹੀ ਰਹਿੰਦੀ ਹੈਗੀ ਸਾਰਾ ਦਿਨ, ਇਸ ਵਜ੍ਹਾ ਤੇਰੀ ਤਬੀਅਤ ਜ਼ਿਆਦਾ ਖਰਾਬ ਹੋ ਜਾਂਦੀ। ਇਹਦਾ ਸਾਰਾ ਦਿਨ ਕੰਮ ਹੈਗਾ ਕਿ ਇਹਨੇ ਨਾ ਸਾਈਕਲ ਹੀ ਨੂੰ ਬਾ ਬਜਾਈ ਰੱਖਣਾ ਹੁੰਦਾ। ਅਸੀਂ ਇਹਨੂੰ ਦਿਖਾਵੀ ਦੇ ਟਾਇਰ, ਆਹ ਟਾਇਰਾਂ ਦੀ ਦੇਖਣ ਨੇ ਕੀ ਹਾਲਤ ਕਰ ਲਈ, ਲਾਹ ਦੇਈਏ ਹੁਣ ਐਸ ਲੈ ਲਾਹ ਦੇਵਾਂ ਲਾਹ ਤੇ, ਤਾਂ ਫਿਰ ਹੋਣਾ ਵੀ ਤੂੰ ਗਿਰਦਾ ਫਿਰੀ ਜੀ, ਉਹ ਦਿਨ ਗਿਰਦਾ ਫਿਰਿਆ ਸੀ। ਚੱਲ ਰੁਕ ਜਾ ਦੋ ਤਿੰਨ ਦਿਨ ਨਾ, ਅਖਰ ਚੰਗੀ ਤਰ੍ਹਾਂ ਤੈਨੂੰ ਵੱਲ ਲਾ ਲਵੇ, ਉਸ ਤੋਂ ਬਾਅਦ ਲਾਵਾਂਗੇ। ਉਹ ਨਾਲ ਸੱਟਾਂ ਲਵਾਈ ਫਿਰਦਾ ਹੋਵੇ, ਅੱਗੇ ਇੱਕ ਦਿਨ ਲਾਹ ਦਿੱਤੇ ਸੀਗੇ ਤਾਂ ਉਸ ਦਿਨ ਨਾ ਗਿਰਨ ਲੱਗ ਗਿਆ ਵਾਰ ਵਾਰ, ਇਸ ਵਜ੍ਹਾ ਫਿਰ ਉਵੇਂ ਲੱਗੇ ਰਹਿਣ ਤੇ ਹੁਣ ਸਾਰੇ ਖਤਮ ਹੋ ਗਏ ਸਾਈਡਾਂ ਤੋਂ। ਨਵੇਂ ਲਵਾਨੇ ਜਾਂ ਤਿੰਨ ਦੇ ਟਾਇਰ ਜਾਂ ਫਿਰ ਉਂਝ ਹੀ ਲਾ ਦੇਵਾਂਗੇ। ਵਾਹ ਨੂਰ ਹੀ ਨਾਲ ਨਾਲ ਸਰਾਣੇ ਵਗੈਰਾ ਲਿਆ ਕੇ ਰੱਖ ਰਹੀ ਹੈ ਜੀ। ਦੇਖੋ ਨਾ ਕਹਿੰਦੇ ਨੇ ਕਿ ਇੱਕ ਬੰਦਾ ਹੁੰਦਾ ਤਾਂ ਇੱਥੇ ਤਕਰੀਬਨ ਕਿਤਨਾ ਟਾਈਮ ਲੱਗ ਜਾਣਾ ਸੀ। ਸਾਰੀਆਂ ਪਹਿਲਾਂ ਇਤਫਾਕ ਨਾਲ ਕੰਮ ਕਰ ਰਹੀਆਂ ਨੇਗੀਆਂ ਤੇ ਕਿਵੇਂ ਮਿੰਟਾਂ 'ਚ ਕੰਮ ਹੋ ਰਿਹਾ। ਨੂਰ ਤੇ ਕੰਮ ਦੇਖੋ ਐਡੀ, ਤੂੰ ਆਪ ਨਹੀਂ ਹੈਗੀ ਇਤਨੀਆਂ ਚੀਜ਼ਾਂ ਚੱਕ ਲੈ ਕੇ ਆ ਗਈ ਹੈਂ। ਉਹ ਉੱਧਰ ਲੈ ਜਾ, ਉੱਥੇ ਕੋਈ ਨਹੀਂ ਸਰਾਣਾ, ਇਹ ਆਪਣੇ ਲੈ ਜਾ ਰਹੀ ਹੈਗੀ ਛੋਟਾ ਸਰਾਣਾ। ਚਲੋ ਜੀ ਆਖਰੀ ਚਾਰ ਭਾਈ ਇੱਥੇ ਆ ਗਈ ਤੇ ਇੱਥੇ ਤੋੜ ਤੱਕ ਲੈਣੇ, ਸਾਰੀਆਂ ਚਾਰ ਪਾਈਆਂ ਆ ਗਈਆਂ। ਓਕੇ ਹੋ ਗਿਆ ਜੀ ਫਿਰ। ਹੁਣ ਨੂਰ ਤੂੰ ਇੱਥੇ ਸੋ ਜਾ ਇੱਕ ਜਗ੍ਹਾ ਤੇ, ਠੀਕ ਹੈ ਨਾ, ਹੁਣ ਨਹੀਂ ਤੂੰ ਉੱਠ ਕੇ ਕੰਮ ਕਰਨਾ। ਹੁਣ ਫਿਰ ਉੱਠ ਕੇ ਜਾਵਣ ਲੱਗੀ ਅੰਦਰ, ਉਹ ਰੱਖ ਲੈਂਦੇ ਨੇ ਕਿ ਏਅਰ ਕੂਲਰ ਰੱਖਣ ਲੱਗੇ ਡਲ ਕੇ ਤੇ ਉਹਨੇ ਹੈਲਪ ਕਰਾਵਣ ਜਾ ਰਹੀ ਨਾਲ। ਅਜਾ ਸੋ ਜਾ ਤੂੰ, ਚਲਾ ਦਿੰਦੇ ਨੇ ਏਅਰ ਕੂਲਰ ਵੀ। ਚੱਲ ਇੱਥੇ ਸੋ ਜਾ ਇੱਥੇ। ਹੁਣ ਸਾਡੀ ਮਾਣਾ ਦੇ ਕੰਮ ਚੈੱਕ ਕਰੋ, ਇਹ ਮਾਣੋ ਕਿੱਥੇ ਜਾਣ ਲੱਗੀ ਹੈ, ਪੜੋਸੀਆਂ ਲੈ ਦੇਖ ਰਹੀ ਹੈਗੀ ਉੱਧਰ ਕੀ ਹੋਇਆ, ਬੋਲ ਕੇ ਦੱਸ ਤਾਂ ਰਹੀ ਕੁਛ। ਸਾਡੀ ਕਿਊਟ ਕਿਊਟ ਜੀ ਮਾਂ ਹੋਏਗੀ, ਕਿੰਨੀ ਪਿਆਰੀ ਹੈ ਮਾਸ਼ਾਅੱਲਾ। ਵੈਸੇ ਨਾ ਪਿੰਡਾਂ ਥਾਵਾਂ 'ਤੇ ਇਸ ਤਰ੍ਹਾਂ ਦੀ ਬਿੱਲੀਆਂ, ਤੁਹਾਨੂੰ ਪਤਾ ਹੱਥ ਹੀ ਲਾਵਾਂ ਦਿੰਦੀਆਂ ਨੇਗੀ, ਨੱਸ ਜਾਂਦੀਆਂ ਨੇਗੀਆਂ ਜਾਂ ਚੱਕ ਮਾਰ ਲੈਂਦੀਆਂ, ਕੁਛ ਵੀ ਨਹੀਂ ਕਹਿੰਦੀ। ਸਾਡੀ ਮਾਣੋ ਸਿਆਣੀ ਹੈਗੀ, ਨਾਰਾਜ਼ ਹੈਗੀ ਮੈਨੂੰ ਲੱਗਦਾ ਹੈ ਮਾਣੋ। ਓਕੇ ਹੋ ਗਿਆ ਜੀ। ਬਾਕੀ ਇਹ ਟਹਿਣੀ ਇੱਥੇ ਮੈਂ ਛੱਡੀ ਸੀ ਬੇਰ ਦੀ, ਮੈਂ ਕਿਹਾ ਜੀ ਵੱਡੀ ਹੋ ਜਾਵੇ, ਬਾਕੀ ਟਹਿਣੀਆਂ ਇੱਧਰ ਨੇਗੀਆਂ ਅਤੇ ਇੱਥੇ ਜੀ ਸਾਡੇ ਘਰ 'ਚ ਚਿੜੀ ਨੇ ਘੋਂਸਲਾ ਬਣਾਇਆ, ਇੱਧਰਲਾ ਘੋਂਸਲਾ ਹੈ ਤਾਂ ਸਨੈਣ ਨੇ ਟੰਗਿਆ ਹੈਗਾ, ਇਹ ਵਾਲਾ ਘੋਂਸਲਾ ਨੇ ਛੋਟਾ ਚਿੜੀਆਂ ਨੇ ਇੱਥੇ ਬਣਾਇਆ ਹੋਇਆ ਹੈਗਾ। ਉੱਤੇ ਹੋ ਕੇ ਦੰਦ ਖਾਨਿਆਂ ਦੇ ਬੱਚੇ ਵੀ ਇਹਨੇ ਦੇਣੇ ਨੇਗੇ, ਇਹ ਖੜਾ ਜੀ ਇਹਦੇ ਬੱਚੇ ਵੀ ਦੇਵੇਗੀ, ਅੰਡੇ ਵਗੈਰਾ ਹੀ ਲਾਵੇਗੀ ਤਾਂ ਬੱਚੇ ਦਿੱਤੇ ਨੇ ਉਦੋਂ ਦੰਦ ਖਾਵਾਂਗੇ। ਪਰ ਛੋਟਾ ਜਿਹਾ ਹੈਗਾ, ਕਿਸ ਤਰ੍ਹਾਂ ਦੇ ਬੱਚੇ ਕੱਢ ਕੇ ਦਿਖਾਏ ਜਾਣੇ। ਵੈਸੇ ਵੇਖੋ ਕਿੰਨਾ ਮਿਹਨਤ ਨਾਲ ਉਹਨੇ ਨਾ ਛੋਟੇ ਛੋਟੇ ਤਿੰਕੇ ਲੈਣ ਦੀ ਸੀ ਤਾਂ ਉਹਨੇ ਉਹਨੇ ਬਣਾਇਆ ਹੈਗਾ ਘੋਂਸਲਾ ਵਾਲਾ, ਜਿਸ ਤਰ੍ਹਾਂ ਵੱਡਾ ਘੋਂਸਲਾ ਬਣਿਆ ਨਾ ਇਸੇ ਤਰ੍ਹਾਂ ਉਹਨਾਂ ਨੇ ਛੋਟਾ ਬਣਾਇਆ। ਇਹ ਵੀ ਚਿੜੀਆਂ ਬਣਾਉਂਦੀਆਂ ਨੇਗੀਆਂ, ਇਹ ਉੱਥੇ ਨਾ ਖਜੂਰਾਂ ਦੇ ਉੱਤੇ ਬਹੁਤ ਜ਼ਿਆਦਾ ਘੋਂਸਲੇ ਲੱਗੇ, ਸੋ ਉੱਥੋਂ ਗਿਰਦੇ ਨੇ ਸਨੈਣ ਚੱਕ ਕੇ ਲੈ ਆਉਂਦਾ ਇੱਥੇ ਘਰ ਲਿਆ ਟੰਗਦਾ, ਸਾਡੇ ਗਾਰੀ ਚਿੜੀਆਂ ਆ ਕੇ ਇੱਥੇ ਰਹਿਣਗੀਆਂ। ਵੈਸੇ ਸਨੈਣ ਨੂੰ ਤੋਤੇ ਲੈ ਦੇਣੇ, ਤੋਤੇ ਤੇਰੇ ਫੇਵਰੇਟ ਨੇ ਨਾ, ਲੈ ਦੇਵਾਂਗਾ ਤੈਨੂੰ।
ਇਨਸ਼ਾਅੱਲਾ ਕਰੀਬ ਹੀ ਨਾ ਜਦੋਂ ਆਪਣੀ ਉੱਤੋਂ ਛੱਤਾਂ ਦੀ ਪਏਗੀ ਨਾ, ਛੱਤ ਉੱਤੇ ਬਣਾਵਾਂਗੇ। ਇੱਥੇ ਹੁਣ ਤੈਨੂੰ ਪਤਾ ਚੂਜ਼ੇ ਆਪਣੇ ਨੇ ਤਾਂ ਉਹ ਬੜੀ ਮੁਸ਼ਕਿਲ ਅਸੀਂ ਰੱਖੀ ਫਿਰਦੇ ਹਾਂਗੇ। ਅਸਲ 'ਤੇ ਇਹ ਮਾਣੋ ਤਾਂ ਕੁਛ ਹੀ ਨਹੀਂ ਕਹਿੰਦੀ ਚੂਜ਼ਿਆਂ ਨੂੰ, ਇਹਦੇ ਜੇ ਬੱਚੇ ਨੇ ਨਾ ਅਤੇ ਇਹਦਾ ਜਾਂ ਖਾਵਾਂ ਦਾ ਹੈਗਾ, ਮਤਲਬ ਕਿ ਜੇ ਇਹਦਾ ਬਿੱਲਾ ਹੈ ਨਾ ਨਾਲ ਦਾ, ਉਹ ਚੂਜ਼ੇ ਜਿਹੜੇ ਨਾ ਫੜ ਲੈਂਦਾ ਹੈਗਾ। ਇਸ ਵਜ੍ਹਾ ਤੁਸੀਂ ਫਿਰ ਨਾ ਚੂਜ਼ੇ ਨਹੀਂ ਰੱਖਣੇ ਆਗੇ। ਹੁਣ ਹੀ ਸਾਡੇ ਵਾਲੇ ਫਿਰਦੇ ਨੇਗੇ, ਤਕਰੀਬਨ 4 ਚੂਜ਼ੇ ਨੇਗੇ ਮਾਸ਼ਾਅੱਲਾ, ਬਹੁਤ ਕਿਊਟ ਕਿਊਟ ਨੇ, ਕਾਫੀ ਵੱਡੇ ਹੀ ਹੋ ਗਏ ਨੇਗੇ। ਪਹਿਲੇ ਇਹਦੇ ਖਲ ਜਾਣ ਉਹਨਾਂ ਦੇ ਦਿੱਤੇ ਸੀਗੇ ਅਤੇ ਹੁਣ ਜੇ ਫਿਰਦੇ ਨੇਗੇ, ਇਹਨਾਂ ਨੂੰ ਨਾ ਇਨਸ਼ਾਅੱਲਾ ਤਾਲਾ ਸਾਂਭ ਕੇ ਵੱਡਿਆ ਕਰਨਾ ਆਰ ਵਾਲਾ, ਅਤੇ ਇਹਨਾਂ ਬਿੱਲੀਆਂ ਤੋਂ ਬਚਾ ਕੇ। ਬਾਕੀ ਅੰਮੀ ਅੰਬੂ ਗਏ ਸੀ, ਛੋਟਾ ਜਿਹਾ ਕੰਮ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ, ਤਾਂ ਉੱਧਰੋਂ ਹੋ ਕੇ ਆ ਗਏ ਨੇ ਅੱਬੂ ਜਾਨ। ਤਾਂ ਆਉਂਦੇ ਵਾਲੋ ਹੀ ਉਹਨਾਂ ਨੇ ਕਿਹਾ ਹੈਗਾ, ਸਨ ਚਾਰਾ ਜਿਹੜਾ ਹੈਗਾ ਇਹਨਾਂ ਦਾ ਨਹੀਂ ਹੈਗਾ, ਗਾਸ ਵਗੈਰਾ ਬੱਕਰੀਆਂ ਦਾ, ਅਤੇ ਉਹ ਮੈਂ ਲਈਆਂ ਵਾ, ਉੱਧਰ ਚਲੇ ਗਏ ਨੇਗੇ। ਦਰਅਸਲ ਅੱਜ ਮੈਂ ਗਾਸ ਵੱਢ ਕੇ ਲੈ ਕੇ ਆ ਜਾਂਦਾ, ਵੈਸੇ ਤਾਂ ਤਬੀਅਤ ਦੀ ਤਾਂ ਕੋਈ ਨਹੀਂ ਖਰਾਬ ਹੈਗੀ, ਲੇਕਿਨ ਮੇਨ ਵਜ੍ਹਾ ਤੁਹਾਨੂੰ ਨਹੀਂ ਮੈਂ ਦੱਸੀ, ਜਿਸ ਵਜ੍ਹਾ ਤੋਂ ਜ਼ਿਆਦਾ ਮੇਰੇ ਜਿਹਾ ਕੰਮ ਨਹੀਂ ਹੋ ਰਿਹਾ ਹੈਗਾ। ਅੱਜ ਮੇਰੇ ਪੈਰ ਦਾ ਨਾਖੂਨ ਦੇਖੋ, ਆਹ ਚੀਚੀ ਦਾ, ਇਹ ਸਾਰਾ ਜਿਹੜਾ ਨਾ ਉੱਤੋਂ ਪਟੀ ਗਿਆ ਹੈਗਾ, ਇੱਥੇ ਥੱਲੇ ਨਾ ਆਹ ਇੱਥੇ ਨੁੱਕਰ ਵੱਜੀ ਹੈਗੀ, ਉਹ ਵਾਲੀ ਜਿਹੜੀ ਹੈਗੀ। ਸੁਬਹਾ ਸੁਬਹਾ ਮੈਂ ਗਿਆ ਸੀਗਾ ਸ਼ਹਿਰ, ਉੱਧਰੋਂ ਆ ਕੇ ਨਾ ਮੋਟਰਸਾਈਕਲ ਡਾਇਰੈਕਟ ਮੈਂ ਇੱਥੇ ਰੋਕਿਆ ਹੈਗਾ ਲਿਆ ਕੇ, ਉਹ ਇੱਥੋਂ ਗੁਜ਼ਰ ਕੇ ਨਾ ਅਤੇ ਅੰਦਰ ਨੂੰ ਜਾਵਣ ਲੱਗਿਆ ਹੋਗਿਆ। ਇਹ ਜਗ੍ਹਾ ਮੈਨੂੰ ਵੱਜੀ ਹੈਗੀ, ਇਹ ਨਾ ਪਲਸਤਰ ਕਰਵਾ ਕੇ ਨੁੱਕਰ ਇਹਦੀ ਉੱਗੂ ਨਾ ਮਿਟਾ ਦੇਵਾਂਗੇ, ਨਹੀਂ ਤਾਂ ਭਾਈ ਸਾਹਿਬ ਜਿਹੜਾ ਇੱਥੋਂ ਗੁਜ਼ਰੇਗਾ ਉਹਨੂੰ ਵੱਜਿਆ ਨਾ ਇਹ ਜਗ੍ਹਾ। ਉਹਨਾਂ ਦੀ ਐਵੇਂ ਕੋਨੇ ਨੇਗੇ ਇਹ ਵਾਲੇ, ਇਹ ਨਾ ਉੱਤੋਂ ਲੇਵਲ ਕਰਾ ਦੀ, ਨਹੀਂ ਤਾਂ ਜਿੱਥੇ ਵੱਜਣੀ ਹੈਗੀ ਉਹ ਤਬਾਹੀ ਪੱਟੀ ਜਾਣੀ। ਮੇਰਾ ਧਿਆਨ ਨਹੀਂ ਥੱਲੋਂ ਗਿਆ, ਪੈਰ ਜਦੋਂ ਮੈਂ ਵੱਜਿਆ ਨਾ ਸੱਟ ਲੱਗ ਗਈ, ਉਸ ਤੋਂ ਬਾਅਦ ਬਹੁਤ ਜ਼ਿਆਦਾ ਦਰਦ ਹੋਈ ਹੈ। ਵੈਸੇ ਮੇਰੀ ਤਬੀਅਤ ਖਰਾਬ ਸੀਗੀ ਉੱਥੋਂ ਹੋਰ ਜ਼ਿਆਦਾ, ਜੇ ਨਾ ਹੁਣ ਪੈਰ ਨੂੰ ਦਰਦ ਹੈ ਕਿ ਮੈਂ ਇਸ ਵਜ੍ਹਾ ਤੋਂ ਨਹੀਂ ਗਾਸ ਵੱਢਣ ਗਿਆ। ਮੈਂ ਕਿਹਾ ਨਹੀਂ ਤਾਂ ਗਾਸ ਮੈਂ ਲੈ ਕੇ ਆ ਜਾਂਦਾ ਅਤੇ ਉੱਤੇ ਮਜਾਨ ਜਰਾਸੀਮ ਲੱਗਣਗੇ, ਉਦੋਂ ਨਾ ਥੱਲੋਂ ਇਹ ਦੁਖੇਗਾ, ਨਾਖੂਨ ਪੱਟਿਆ ਗਿਆ ਹੈਗਾ। ਮੈਂ ਸੁਬਹਾ ਪੱਟੀ ਲਾਈ ਰੱਖੀ ਉੱਤੇ, ਜ਼ਖਮ ਬਣ ਜਾਂਦੇ ਨੇ ਐਵੇਂ ਹੀ। ਨਾਖੂਨ ਜਿਹੜਾ ਨਾ ਪਟੀਜਾ ਹੋਇਆ ਹੈਗਾ ਤੇ ਅੱਗੇ ਜ਼ਿਆਦਾ ਨਾ ਰੇਸ਼ਾ ਵਗੈਰਾ ਵੀ ਪੈ ਸਕਦਾ, ਇਸ ਵਜ੍ਹਾ ਤੋਂ ਨਹੀਂ ਮੈਂ ਗਿਆ, ਨਹੀਂ ਤੇ ਗਾਸ ਤਾਂ ਮੈਂ ਲੈ ਕੇ ਆ ਜਾਂਦਾ। ਇਸੇ ਵਜ੍ਹਾ ਤੋਂ ਉਹ ਮੈਂ ਕਚਰਾ ਨੀ ਚੱਕ ਕੇ ਸਿੱਟਣ ਲੱਗਿਆ ਸੀਗਾ ਕਿ ਨਾ ਥੱਲੋਂ ਪੈਰਾਂ ਨਾਲ ਲੱਗੇ ਤਾਂ ਗੰਦਾ ਲੱਗੇਗਾ, ਫਿਰ ਮਾਰੋ ਚੱਕ ਕੇ ਸਿੱਟ ਤਾਂ ਹੈਗਾ ਜਾਂ ਗਾਸ ਵਗੈਰਾ। ਪਾਕ ਦਾ ਸ਼ੁਕਰ ਹੈ ਸਾਡੀ ਨੂਰ ਮਾਸ਼ਾਅੱਲਾ ਠੀਕ ਹੈਗੀ, ਕਦੇ ਨੂਰ ਮਜਾਨ ਤਾਂ ਨਹੀਂ ਬਿਮਾਰ ਹੋ ਰਹੀ, ਦੰਦ ਟੁੱਟ ਰਹੇ, ਦੰਦ ਖਾਈ ਇੱਕ ਆ ਟੁੱਟਣ ਲੱਗਿਆ ਤੇ ਇੱਕ ਦਾ ਦੰਦ ਟੁੱਟ ਗਿਆ, 7 ਸਾਲਾਂ ਦੀ ਹੋ ਗਈ ਨੂਰ, ਇਕੱਠੇ 3 ਇਹ 7 ਸਾਲਾਂ ਦੀ ਹੋ ਜਾਵੇਗੀ ਨਾ। ਹਾਂ ਸਾਡੀ ਨੂਰ ਵੀ ਮਾਸ਼ਾਅੱਲਾ ਦਿਨ ਬਰ ਦਿਨ ਵੱਡੀ ਹੁੰਦੀ ਜਾ ਰਹੀ ਹੈ, ਵੱਡੀ ਵੱਡੀ ਦਿਨ ਬ ਦਿਨ ਆਉਂਦੀ ਜਾਂਦੀ। ਬਾਕੀ ਚੱਲਾਂ ਗੇ ਚੱਲ ਕੇ ਨਾ ਅੱਬੂ ਜਾਨ ਨੂੰ ਬੁਲਾ ਲਿਆ ਆਗੇ, ਕਿਉਂਕਿ ਨਾ ਉਹ ਜ਼ਿਆਦਾ ਗਾਸ ਲੈ ਕੇ ਆ ਜਾਂਦੇ ਨੇ ਗੇ। ਫਿਰ ਇਹ ਤਾਂ ਹੈਗਾ ਇੱਕ ਫਾਇਦਾ ਹੋ ਜਾਂਦਾ ਕਿ ਉਹ ਮੁੱਕਦਾ ਜਲਦੀ ਨਹੀਂ ਹੈ, ਲੇਕਿਨ ਇਹ ਹੈਗਾ ਕਿ ਅੱਬੂ ਜਾਨ ਥੱਕ ਜਾਣਗੇ। ਸੁਬਹਾ ਤੱਕ ਮੇਰੀ ਚੋਣ ਤਬੀਅਤ ਬਿਹਤਰ ਹੋ ਜਾਵੇਗੀ, ਉਦੋਂ ਨਾ ਪੈਰ 'ਤੇ ਕੋਈ ਪੱਟੀ ਵਗੈਰਾ ਬਾਲ ਕੇ ਨਾ ਫਿਰ ਜਾਵਾਂਗਾ, ਫਿਰ ਨਾ ਉਧਰੋਂ ਹੋਰ ਵੱਢ ਕੇ ਲੈ ਆਵਾਂਗੇ। ਆ ਰਹੇ ਨੇ ਗੇ ਸਾਹਮਣੇ, ਇਹਦੇ ਨਾ ਪੈਸਾ ਵਗੈਰਾ ਬੰਨੀ ਹੋਈਆਂ ਨੇ ਗੀਆਂ, ਹਾਂ ਸਲੈ ਆ ਰਹੇ ਨੇ। ਉਹ ਇੰਨਾ ਵੱਡਾ ਥੱਬਾ ਵੱਢੀ ਜਾਂਦੇ ਨੇ ਇਸੇ, ਇਹਨਾਂ ਮੈਂ ਕੱਲ੍ਹ ਹੀ ਕਿਹਾ ਸੀਗਾ ਤੁਸੀਂ ਇਤਨਾ ਜ਼ਿਆਦਾ ਨਹੀਂ ਕੱਟਣਾ ਸੀਗਾ ਕੱਲ੍ਹ, ਵੈਸੇ ਵੱਢ ਕੇ ਲੈਣ ਇਹ ਹੈਗਾ ਕਿ ਅੱਜ ਦਾ ਸਾਰਾ ਦਿਨ ਨਹੀਂ ਵੱਢਣਾ ਪਿਆ, ਔਰ ਗਾਸ ਦੁਪਹਿਰ ਟਾਈਮ ਠੰਡੇ ਟਾਈਮ ਹੁਣ ਆਏ ਨੇ, ਲੇਕਿਨ ਇਹਨਾਂ ਦੀ ਵੀ ਤਬੀਅਤ ਖਰਾਬ ਸੀਗੀ, ਇਹਨਾਂ ਨੂੰ ਬੁਖਾਰ ਹੈਗਾ ਕੱਲ੍ਹ ਲੱਗਦਾ, ਅਤੇ ਫਿਰ ਵੀ ਆ ਗਏ ਨੇ। ਮੈਂ ਤੁਹਾਨੂੰ ਕਿਹਾ ਸੀਗਾ ਥੋੜ੍ਹਾ ਜਿਹਾ ਵੱਢ ਲੈਂਦੇ, ਅੱਜ ਫਿਰ ਕੱਲ੍ਹ ਦੀ ਤਰ੍ਹਾਂ ਥੱਬਾ ਚੰਗਾ ਵੱਢ ਲਿਆ। ਹਾਂ ਮੈਨੂੰ ਪਕੜਾਓ, ਚਲੋ ਓਕੇ ਹੋ ਗਿਆ।
ਚਲੋ ਜੀ ਇੱਥੇ ਘਰ ਲੈ ਕੇ ਆ ਗਿਆ ਤੇ ਇੱਥੇ ਲਾ ਕੇ ਰੱਖ ਲੈਂਦੇ ਹਾਂ। ਹੁਣ ਫਿਰ ਖਿਲਾਨੇ ਆ ਗਏ ਬੱਕਰੀਆਂ ਨੂੰ, ਬੱਕਰੀਆਂ ਭੁੱਖੀਆਂ ਨਹੀਂ ਆ। ਇਸ ਬੱਕਰੀ ਦਾ ਪੂਜਾ ਦੁੱਧ ਵੀ ਚੋ ਲਈਏ, ਬੜੀ ਵਿਚਾਰੀ ਔਖੀ ਖੜੀ ਹੈਗੀ, ਉਹਨੇ ਬੈਠਿਆ ਨਹੀਂ ਜਾ ਰਿਹਾ। ਚੈੱਕ ਕਰੋ ਜੀ, ਇਹ ਹੈਗਾ ਜੀ ਦੂਸਰਾ ਗਾਸ, ਇਹ ਹੋਰ ਤਰ੍ਹਾਂ ਦਾ ਹੈਗਾ, ਬੜੀਆਂ ਨਸਲਾਂ ਦਾ ਮਿਕਸ ਕਰਕੇ ਬਜਾਣ ਤੇ ਲੈ ਆਏ ਨੇ। ਹਾਂ ਭੁੱਖ ਲੱਗੀ ਹੋਈ ਨਾ ਉਹਨਾਂ ਨੂੰ, ਇਹ ਪਹਿਲੇ ਵਾਲਾ ਪਿਆ, ਲੇਕਿਨ ਉਹ ਨੀ ਇਤਨੀ ਸ਼ੌਕ ਨੇ ਖਾਂਦੀਆਂ ਨਹੀਂ ਆ। ਜਿਹੜਾ ਤਾਜ਼ਾ ਤਾਜ਼ਾ ਗਾਸ ਇਹਨਾਂ ਨੂੰ ਖਾਣ ਦਾ ਮਜ਼ਾ ਆਉਂਦਾ ਹੈਗਾ। ਹੁਣ ਤਾਜ਼ਾ ਜਿਹੜਾ ਆਪਣਾ ਹੁੰਦਾ ਹੈਗਾ ਰੋਟੀ ਵਗੈਰਾ, ਉਹਦੇ ਤੇ ਜਿਹੜੀ ਠੰਡੀ ਹੋਵੇ ਉਹਦੇ ਕਿਤਨਾ ਫਰਕ ਹੁੰਦਾ ਹੈਗਾ। ਚਲੋ ਖਾਓ ਖਾਓ ਖਾਓ। ਤੇ ਉਦੋਂ ਹੀ ਅੱਬੂ ਜਾਨ ਇਸ ਬੱਕਰੀ ਦਾ ਦੁੱਧ ਵੀ ਕੱਢ ਰਹੇ ਨੇ, ਨਾਲ ਜਿਹੜਾ ਚਾਰਾ ਹੀ ਖਾ ਰਹੀ ਹੈਗੀ ਤੇ ਦੁੱਧ ਵੀ ਜਿਹੜਾ ਲੈਂਦਾ ਅੱਬੂ ਜਾਨ ਚੋ ਰਹੇ ਨੇ ਇੱਧਰ। ਤੇ ਅੱਬੂ ਜਾਨ ਜੀ ਬੱਕਰੀ ਦਾ ਦੁੱਧ ਚੋ ਕੇ ਲੈ ਗਏ ਨੇ ਫਰਿੱਜ ਰੱਖਣਗੇ ਥੋੜਾ ਠੰਡਾ ਕਰਕੇ ਨਾ, ਫਿਰ ਅੱਬੂ ਜਾਨ ਨੇ ਪੀ ਜਾਣਾ ਹੈਗਾ। ਤਕਰੀਬਨ 3-1 ਪਾਓ ਡੇਲੀ ਜਿਹੜਾ ਨਾ ਦੁੱਧ ਦਿੰਦੀ ਹੈਗੀ ਆਪਣੀ ਜਿਹੜੀ ਆ ਚਿੱਟੀ ਬੱਕਰੀ ਹੈਗੀ। ਤਕਰੀਬਨ 20,000 ਰੁਪਏ ਦੀ ਆਪਾਂ ਨੂੰ ਮਿਲੀ ਸੀਗੀ, ਬੱਚੇ ਵਗੈਰਾ ਵੀ ਦੇਵੇਗੀ ਅੱਗੇ। ਤੇ ਅਗਲੀ ਜਿਹੜੀ ਹੈ ਆਪਾਂ 18,000 ਰੁਪਏ ਦੀ ਮਿਲੀ ਸੀ, ਬੱਚੇ ਦੇਣ ਵਾਲੀ ਹੈਗੀ। ਮਾਸ਼ਾਅੱਲਾ ਬਹੁਤ ਸਸਤੀਆਂ ਮਿਲ ਗਈਆਂ ਸੀਗੀਆਂ। ਤੇ ਇਹ ਜਿਹੜੀ ਆਂਟੀ ਲੈ ਕੇ ਦਿੱਤੀਆਂ ਸੀ ਉਹਨਾਂ ਦੀ ਕਿਸਮਤ ਨੇ ਮਿਲੀਆਂ ਨੇ, ਇਹ ਮੇਰੇ ਕੋਲ ਅੱਧ ਤੇ ਨੇ 2 ਬੱਕਰੀਆਂ ਤੇ ਜੇ ਪਰਲੀਆਂ ਨਹੀਂ, ਉਹ ਆਂਟੀ ਹੋਰਾਂ ਨੇ ਮੈਨੂੰ ਗਿਫਟ ਕੀਤੀਆਂ ਸੀਗੀਆਂ, ਉਹ ਜਿੰਨੇ 2 ਮੇਰੀਆਂ ਆਪਣੀਆਂ ਨੇਗੀਆਂ। ਆਂਟੀ ਹੋਰਾਂ ਨੇ ਕਿਹਾ ਸੀ ਮੈਂ ਅੱਧ ਤੇ ਲੈ ਕੇ ਦੇਣੀਆਂ ਬੱਕਰੀ, ਮੈਂ ਕਹਿੰਦਾ ਇਹ ਵੀ ਆਂਟੀ ਮੈਂ ਕੋਲ ਰੱਖ ਲਵਾਂ, ਜਦੋਂ 1 ਜਾਨਵਰ ਰੱਖਣਾ ਹੈਗਾ ਜਾਂ 2 ਰੱਖਣੇ ਨੇ ਉਹ ਬਰਾਬਰ ਹੀ ਹੈਗਾ। ਹੁਣ ਅਸੀਂ 4 ਤੇ ਲੈ ਲੈਂਦੇ ਹਾਂ, ਉਹ ਨਾਲ ਇਹ ਵੀ ਖਾ ਲੈਂਦੀਆਂ ਨੇਗੀਆਂ। ਹੁਣ ਜਿਵੇਂ ਇਹ ਬੱਕਰੀ ਦੇਵੇਗੀ ਨਾ ਬੱਚੇ, ਇਹਦੇ 'ਚ 1 ਬੱਚਾ ਮੇਰਾ ਹੋਏਗਾ, 1 ਉਹਨਾਂ ਆਂਟੀ ਦਾ ਹੋਏਗਾ ਜਿਹਨਾਂ ਲੈ ਕੇ ਦਿੱਤੀਆਂ ਨੇਗੀਆਂ। ਤੇ ਠੀਕ ਹੈ, ਬਾਕੀ ਇਨਸ਼ਾਅੱਲਾ ਤਾਲਾ ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਦੇ ਦਿਨ ਦਾ ਨਾ ਬਿਹਤਰ ਤੋਂ ਅੱਛਾ ਵਲਾਗ ਬਣਾਈਏ। ਤੇ ਹਾਲ ਜੇ ਆਪਣਾ ਵਲਾਗ ਇੱਥੇ ਹੁੰਦਾ ਖਤਮ, ਤੁਹਾਨੂੰ ਚੱਲ ਕੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼।